ਵੀ ਅਵੋਇਡ ਕਰੋ ਪਾਣੀ ਦਸ ਦਿਨ ਉਹਦਾ ਕਰਕੇ ਮੈਂ ਮਾਫ਼ੀ ਚਾਹੁੰਦਾ ਸਾਰਿਆਂ ਨੂੰ ਇਕੱਲੇ ਇਕੱਲੇ ਤਾਂ ਤੁਸੀਂ ਨਾਰਾਜ਼ ਨਹੀਂ ਹੋਣਾ ਸੀਗਾ ਕਰਕੇ ਮੈਂ ਸਾਰਿਆਂ ਨੂੰ ਤੁਹਾਨੂੰ ਫਤਿਹ ਬੁਲਾਉਣ ਆਇਆ ਸੀਗਾ ਪੰਜਰੇ ਦਰਸ਼ਨ ਹੋਏ ਉਹਨਾਂ ਨੇ ਅਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਮੇਰੇ ਨਾਲ ਅਤੇ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈ ਪਹਿਲਾਂ ਹਾਈ ਕੋਰਟ 'ਚ ਰਿਟਾਂ ਪਾ ਪਾ ਕੇ ਲਾਰੈਂਸ ਦੀ ਵੀਡੀਓ ਆਪਾਂ ਬੰਦ ਕੀਤੀ ਸੀ ਅਤੇ ਹੁਣ ਕੱਲ੍ਹ ਵੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਤਾਂ ਹੁਣ ਗੋਲਡੀ ਬਰਾਤ ਦੀ ਕਰਾ ਰਹੀ ਮਤਲਬ ਤਾਂ ਇਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾ ਰਹੀ ਸਰਕਾਰ ਤਾਂ ਫਿਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸਮਝੋ ਫਿਰ ਆਪਾਂ ਨੂੰ ਸਵਾਲ ਖੜੇ ਸਰਕਾਰ ਨਾਲ ਨਹੀਂ ਲੜ ਤਾਂ ਜਿੰਨੀ ਕੁ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜਾਂਦੇ ਹਾਂ ਉੱਥੇ ਆਪਣਾ ਹੱਥ ਪੈਂਦਾ ਥੋੜ੍ਹਾ ਬਹੁਤ ਆਪਾਂ ਪਾ ਲੈਂਦੇ ਹਾਂ ਪਰ ਸਰਕਾਰ ਵਾਲੇ ਪਾਸੇ ਤੋਂ ਬਿਲਕੁਲ ਘੋਰ ਨਿਰਾਸ਼ਾ ਸਮਝ ਆਉਂਦਾ ਆਪਣੇ ਬੰਦੇ ਕਹਿੰਦੇ ਗੁਰਦਾਸਪੁਰ ਤੋਂ ਆਏ ਸੀ 7 ਵਜੇ ਦੇ ਖੜੇ ਸਾਡੇ ਦਰਸ਼ਨ ਕਰਨ ਤੇ ਆਪਣਾ ਪਰਿਵਾਰ ਮੇਰਾ ਜੀ ਤਾਂ ਕਰ ਰਿਹਾ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਮੈਨੂੰ 2.5 ਸਾਲ ਹੋ ਗਏ ਲਗਾਤਾਰ ਰਾਤ ਵੀ ਡਿੱਗਦਾ ਜਾ ਰਿਹਾ ਇਹ ਜ਼ਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਜ਼ਿਆਦਾ ਕਿਹਾ ਵੀ ਤੁਸੀਂ ਥੋੜ੍ਹਾ ਜਿਹਾ ਵਰਕ ਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਸੰਗਤ ਆਈ ਜਾਂਦੀ ਅਤੇ ਮੈਂ ਇਕੱਲਾ ਹੁੰਦਾ ਫਿਰ ਮੈਂ ਡਿੱਗ ਪੈਂਦਾ ਹੌਲੀ ਹੌਲੀ ਉੱਥੇ ਤਾਂ ਵੋਟ ਕਰਦਾ ਅਤੇ ਕਹਿ ਵੀ ਜਦੋਂ ਆਪਾਂ ਵਾਰ ਵਾਰ ਮਿਲਾਪ ਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਠੀਕ ਹੈ ਤਾਂ ਉਹ ਫਿਰ ਹਾਰਟ ਲਈ ਹੁਣ 5 ਸਟੰਟ ਪਏ ਹੋਏ ਨੇ ਤਾਂ ਮੈਨੂੰ ਐਂ ਵੀ ਘੱਟੋ ਘੱਟ ਜੇ 1-2 ਸਾਲ ਤਾਂ ਹਾਲੇ ਮੈਨੂੰ ਜ਼ਰੂਰ ਹੀ ਚੱਲਣਾ ਚਾਹੀਦਾ ਕਿਉਂਕਿ ਹਾਲੇ ਤੱਕ ਤਾਂ ਸਾਰੇ ਦੋਸ਼ੀ ਆ ਜਿਹੜੇ ਉਹ ਕੇਸ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਹੈ ਅਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਹੈ ਗੋਲਡੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਜਿਸਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਕੌਣ ਸੱਚਿਆ ਕੌਣ ਸਰਕਾਰ ਨੂੰ ਚਾਹੀਦਾ ਇੱਕ ਪਾਸੇ ਨੂੰ ਗਲੋਰੀਫਾਈ ਕਰੀ ਜਾਂਦੇ ਨੇ ਟੀ ਵੀ ਚੈਨਲਾਂ 'ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜਾ ਕਹੀ ਨੇ ਸਾਡਾ ਕੋਈ ਲੈਣਾ ਨਹੀਂ ਸਿੱਖ ਪਰਿਵਾਰ 'ਚ ਜਨਮ ਲੈਣਾ ਸਿਰ 'ਤੇ ਪੱਗ ਰੱਖਣੀ ਸਾਨੂੰ ਕਾਫੀ ਮਹਿੰਗੀ ਉਹ ਸਾਡਾ ਕੋਈ ਕਸੂਰ ਨਹੀਂ ਬਸ ਆਹੀ ਅਸੀਂ ਜਨਮਜਾਤ ਸਿੱਖ ਸੀ ਔਰ ਅਸੀਂ ਕਾਮਯਾਬ ਸਾਡੀ ਔਕਾਤ ਛੋਟੀ ਸੀ ਅਸੀਂ ਕਾਮਯਾਬ ਵਾਲੇ ਹੋ ਗਏ ਆਹ 2 ਗਲਤੀਆਂ ਸਾਡੀਆਂ ਏਡੀ ਵੱਡੀ ਕਾਮਯਾਬੀ ਇਹਨੇ ਤੁਸੀਂ ਜਰੀ ਨਹੀਂ ਹੋਰ ਮੇਰੇ ਬੱਚੇ ਦਾ ਇਸ਼ਾਰਾ ਹੈ ਤੁਸੀਂ ਧੀ ਭੈਣ ਦਾ ਸਾਂਝੀ ਸੀ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਜੀ ਫਿਰ ਵੀ ਮਾਰ ਲਾ ਗਿਆ ਜੀ ਸਭ ਨੂੰ ਹੁਣ ਖੇਤੀ ਸਾਡਾ ਕਿੱਤਾ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦੱਬ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨਾਂ ਨੂੰ ਇੱਕ ਐਪੀਸੀਡ ਕੀਤਾ ਕੀ ਮਾੜਾ ਕਰਤਾ ਜਿਹੜੇ ਸਾਲ ਭਰ ਤੋਂ ਉੱਥੇ ਸੜਕਾਂ 'ਤੇ ਰੁੜ ਰਹੇ ਸੀ ਜੀ ਉਹਨਾਂ ਨੇ ਇੱਕ ਹਾਂ ਦਾ ਨਾਅਰਾ ਹੀ ਮਾਰਿਆ ਹੋਰ ਉਹਨੇ ਵੀ ਕੋਈ ਸੰਘਰਸ਼ ਦੀ ਅਗਵਾਈ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਅਟੈਕ ਲਾਤਾ ਇੱਕ ਬਾਗੀ ਦਾ ਅਟੈਕ ਲਾ ਕੇ ਸਾਨੂੰ ਉਸੇ ਲਿਸਟ 'ਚ ਹੀ ਪਾਤਾ ਜਿਹਦੀ 'ਚ ਬਾਕੀ 4-5 ਪਾਇਆ
ਕਿਉਂਕਿ ਨਹੀਂ ਤਾਂ ਹੁਣ ਤੱਕ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਅਤੇ ਜਦੋਂ ਸਟੇਟ ਹੀ ਉਹਨਾਂ ਦੀਆਂ ਕਮੀਆਂ ਨੂੰ ਲੁਕਾਉਣ 'ਚ ਲੱਗ ਜਾਵੇ ਸਾਨੂੰ ਪਰੂਫ ਕਿਹਨੇ ਦੇਣੇ ਸਟੇਟ ਨੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਜੀ ਉਹੀ ਛੁਪਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਨੂੰ ਆਪਾਂ ਜਸਟਿਸ ਦੀ ਉਮੀਦ ਕਿੱਥੇ ਕਰ ਲੈਂਦੇ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਇਹ ਤਾਂ ਇੱਕ ਲੀਕ ਉੱਠਣ ਵਾਲੀ ਗੱਲ ਹੈ ਵੀ ਸਾਂਝ ਹੈ ਖੂਨ ਦੀ ਬਹਿ ਨਹੀਂ ਸਕਦੇ ਘਰੇ ਲੜਦੇ ਤਾਂ ਰਹਾਂਗੇ ਜਿੱਥੋਂ ਤੱਕ ਹੱਥ ਪਿਆ ਹੈ ਪਰ ਉਹ ਨਹੀਂ ਸਮਝ ਸਕਦੇ ਵੀ ਹਾਜ਼ਮ ਕਰਨਾ ਬਹੁਤ ਔਖਾ ਔਰ ਇਹੋ ਜਿਹੇ ਹੁਣ ਹਰ ਪੁੱਤ ਦੀ ਲਾਸ਼ ਮੋਢਿਆਂ ਉੱਤਰੀ ਲੰਘਦੀ ਹੈ ਤਾਂ ਕੋਈ ਬੰਦਾ ਦੂਜਾ ਅੰਦਾਜ਼ਾ ਹੀ ਨਹੀਂ ਲਾ ਸਕਦਾ ਉਹਨੂੰ ਤਾਂ ਲੱਗਦਾ ਵੀ ਉਹ ਖਾਲਿਸਤਾਨੀ ਸੀ ਇੱਕ ਨਿਪਟਾਤਾ ਬਣੀ ਗੱਲ ਉਹ ਤਾਂ ਇੱਥੇ ਖੜੇ ਨਹੀਂ ਪਰ ਅਸੀਂ ਕੀ ਸੀ ਅਸੀਂ ਤਾਂ ਆਪਦੇ ਆਪ ਨੂੰ ਪੁੱਛੀਏ ਨੇ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ 'ਤੇ ਲੰਘ ਗਈ ਮੈਂ ਵੀ ਖਾਲਿਸਤਾਨੀ ਹਾਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਨੇ ਅਸੀਂ ਹੈ ਕੀ ਹੈ ਸਾਡੇ ਮਾਪੇ ਪੇਕੇ ਹੈ ਕਿੱਥੇ ਨੇ ਅਸੀਂ ਰਿਫਿਊਜ਼ੀ ਵਾਂਗੂ ਆਏ ਰਿਫਿਊਜ਼ੀ ਵਾਂਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕ ਹੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ 'ਤੇ ਜੰਮੇ ਹਾਂ ਇੱਥੋਂ ਦੀ ਆਬੋ ਹਵਾ 'ਚ ਸਾਹ ਪਾਣੀ ਲੈਂਦੇ ਹਾਂ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਕਿਹਨੂੰ ਕਹੀਏ ਸਾਡੇ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਹਾਂ ਇੱਕ ਤੁਸੀਂ ਲੋਕ ਹੋ ਜਿਨ੍ਹਾਂ ਨੇ ਹਮਦਰਦੀ ਜਿਤਾਈ ਹੈ ਮੈਨੂੰ ਲੱਗਦਾ ਵੀ ਪਰਮਾਤਮਾ ਸਾਰੀ ਸੰਗਤ 'ਚ ਵੱਸਦਾ ਹੈ ਜੇ ਤੁਹਾਡਾ ਇੰਨਾ ਸਾਥ ਆ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਬਸ ਸਾਡੀ ਆਹੀ ਕਾਮਯਾਬੀ ਹੈ ਆਹੀ ਸਾਡੇ ਪੱਲੇ ਹੈ ਬਿਲਕੁਲ ਮਲ ਆਪਦੇ ਮਨ ਸਮਝਾ ਲੈਂਦੇ ਹਾਂ ਵੀ ਇਹ ਤੇਰਾ ਪੁੱਤ ਨਹੀਂ ਸੀ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਜਿੰਨੇ ਆਉਂਦੇ ਹੈ ਆਪਣਾ ਦੁੱਖ ਥੋੜ੍ਹੀ ਝੋਲੀ ਪਾ ਦਿੰਦਾ ਥੋੜ੍ਹਾ ਥੋੜ੍ਹਾ ਕਰਕੇ ਬੰਦੇ ਆਹੀ ਟਾਈਮ ਪਾਸ ਕਰਨ ਦਾ ਸਾਧਨ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ